ਫਿਰੋਜ਼ਪੁਰ ਜ਼ਿਲ੍ਹੇ ਅੰਦਰ ਚੋਰਾਂ ਦੇ ਹੌਸਲੇ ਦਿਨੋ ਦਿਨ ਵੱਧਦੇ ਜਾ ਰਹੇ ਨੇ। ਆਏ ਦਿਨ ਲੁਟੇਰਿਆਂ ਵੱਲੋਂ ਪੁਲਿਸ ਤੋਂ ਬੇਖੌਫ ਹੋ ਕੇ ਲੁੱਟ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਦੇ ਕਸਬਾ ਜੀਰਾ ਤੋਂ, ਜਿੱਥੇ ਦਿਨ ਦਿਹਾੜੇ ਚੋਰ ਇੱਕ ਘਰ ਵਿੱਚ ਦਾਖਲ ਹੋ ਕੇ ਲੱਖਾਂ ਰੁਪਏ ਦਾ ਸਮਾਨ ਲੈ ਕੇ ਰਫੂ ਚੱਕਰ ਹੋ ਗਏ ਨੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਨੇ ਕੀ ਕਿਹਾ, ਆਓ ਜਾਣਦੇ ਹਾਂ। ਮੈਂ ਪ੍ਰਭਜੋਤ ਸਿੰਘ, ਮੇਰਾ ਹੋਮਿਓਪੈਥਿਕ ਕਲੀਨਿਕ ਹੈ ਬਾਜ਼ਾਰ ਸਰਾਫਾਂ ਜ਼ੀਰਾ। ਸਾਡਾ ਘਰ ਜਿਹੜਾ ਅਮਨ ਨਗਰ ਅਮਨ ਵਿਜ਼ਨ ਦੇ ਸਾਹਮਣੇ ਫਿਰੋਜ਼ਪੁਰ ਰੋਡ 'ਤੇ ਹੈ ਅਤੇ ਸਾਡੇ ਘਰ ਅੱਜ ਤਕਰੀਬਨ 10:30 ਤੋਂ 3 ਦੇ ਵਿੱਚ ਵਿੱਚ ਇੱਥੇ ਚੋਰੀ ਹੋਈ ਹੈ। ਕਿਉਂਕਿ ਅਸੀਂ ਘਰੋਂ ਬਾਹਰ ਸੀਗੇ, ਮੈਂ ਆਪਣੇ ਕਲੀਨਿਕ 'ਤੇ ਸੀ ਅਤੇ ਵਾਈਫ ਸਕੂਲ ਦੇ ਵਿੱਚ ਸੀਗੇ, ਅਤੇ ਚੋਰਾਂ ਨੇ ਪਿੱਛੋਂ ਦੀ ਆ ਕੇ ਪੌੜੀਆਂ ਥੱਲੇ ਉਤਰ ਕੇ ਜਿਹੜਾ ਕੂਲਰ ਦਾ ਸਲੋਟ ਹੈ ਜਿੱਥੇ ਉਹਦੀ ਗ੍ਰਿਲ ਅਤੇ ਜਾਲੀ ਪੱਟ ਕੇ ਅਤੇ ਜਿਹੜੀ ਗੋਡਰੀ ਦੀ ਅਲਮਾਰੀ ਹੈ ਉਹਨੂੰ ਉਹਦਾ ਲੋਕ ਉਹਦੀ ਸੇਫ ਤੋੜ ਕੇ ਤਕਰੀਬਨ 8-10 ਤੋਲੇ ਸੋਨਾ ਅਤੇ 1,00,000 ਰੁਪਈਆ ਨਕਦ ਕੈਸ਼ ਅਤੇ ATM ਕਾਰਡ ਵਗੈਰਾ ਉਹ ਲੈ ਗਏ। ਅਤੇ ਪੁਲਿਸ ਨੇ ਬੜਾ ਟਾਈਮਲੀ ਸਾਡੇ ਕੋਲ ਪਹੁੰਚ ਕੇ ਤਫਤੀਸ਼ ਸ਼ੁਰੂ ਕੀਤੀ ਹੈ ਅਤੇ ਉਹਨਾਂ ਦੀ ਤਫਤੀਸ਼ ਮੈਨੂੰ ਲੱਗਦਾ ਕਿਸੇ ਸਿੱਟੇ 'ਤੇ ਪਹੁੰਚਦੀ ਲੱਗਦੀ ਹੈ। ਉਹਨਾਂ ਦੇ ਆਲੇ ਦੁਆਲੇ ਦੇ ਜਿਹੜੇ ਕੈਮਰੇ ਨੇ ਉਹਨਾਂ ਦੀ CCTV ਫੁਟੇਜ ਉਹਨਾਂ ਨੇ ਖੰਗਾਲੀ ਹੈ ਅਤੇ ਉਹਦੇ 'ਚ ਕੁਛ ਕਲਿਊ ਮਿਲੇ ਆ ਅਤੇ ਮੈਂ ਉਹਨਾਂ ਦੀ ਤਫਤੀਸ਼ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ। FIR ਲੌਜ ਹੋ ਗਈ ਹੈ ਅਤੇ ਮੈਨੂੰ ਪੁਲਿਸ 'ਤੇ ਪੂਰਾ ਭਰੋਸਾ। ਉੱਥੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਪਿੱਪਲ ਸਿੰਘ ਦਾ ਕੀ ਕਹਿਣਾ ਹੈ, ਇਹ ਵੀ ਜ਼ਰਾ ਸੁਣੋ। ਵੀ ਅਮਨ ਨਗਰ ਦੇ ਡਾਕਟਰ ਪ੍ਰਭਜੋਤ ਸਿੰਘ ਦਾ ਘਰ ਹੈ, ਉਹ ਸ਼ੋਪ 'ਤੇ ਚਲੇ ਜਾਂਦੇ ਨੇ। ਮਿਸ ਜਿਹੜੀ ਆ ਉਹ ਟੀਚਰ ਹੈ, ਉਹ ਸਕੂਲ ਚਲੀ ਮਗਰ ਉਹ ਘਰ ਇਕੱਲਾ ਸੀ। ਦਿਨ ਸਮੇਂ ਕੋਈ ਅਣਪਛਾਤ ਆਦਮੀ ਪਿੱਛੇ ਇੱਕ ਕੋਠਿਆਂ ਉੱਪਰ ਦੀ ਪੌੜੀਆਂ ਉੱਤਰ ਕੇ ਉਹਨਾਂ ਦੇ ਘਰ ਦਾਖਲ ਹੋ ਕੇ ਅਤੇ ਉਹ ਗ੍ਰਿਲ ਜਿਹੜੀ ਸੀਗੀ ਬਾਰੀ ਦੇ ਵਿੱਚੋਂ ਪੁੱਟ ਕੇ ਅੰਦਰ ਦਾਖਲ ਹੋਇਆ ਅਤੇ ਅਲਮਾਰੀ ਦੇ ਵਿੱਚੋਂ ਕੁਝ ਜੇਵਰਾਤ ਅਤੇ ਪੈਸੇ ਚੋਰੀ ਕਰਕੇ ਲੈ ਗਿਆ। ਜਿਸ ਦਾ ਅਸੀਂ ਮੌਕਾ ਵੇਖ ਕੇ ਮੁਕੱਦਮਾ ਦਰਜ ਕਰਤਾ ਸੀ ਰਾਤ ਹੀ, ਅਤੇ ਉਹ ਜਿਹੜੇ ਆਸੇ ਪਾਸੇ ਗਲੀਆਂ ਦੇ ਵਿੱਚ CCTV ਕੈਮਰੇ ਵਗੈਰਾ ਲੱਗੇ ਨੇ ਉਹਨਾਂ ਦੀ ਅਸੀਂ ਫੁਟੇਜ ਨੂੰ ਘੁੰਘਾਲ ਰਹੇ ਹਾਂ ਅਤੇ ਮੁਕੱਦਮੇ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ ਦੀ TVNRI। ਕਹਿੰਦੇ ਨੇ ਜਿਵੇਂ ਕਿਸੇ ਫੁੱਲ ਨੂੰ ਮਹਿਕਣ ਲਈ ਉਹਦਾ ਖਿੜ ਜਾਣਾ ਜ਼ਰੂਰੀ ਹੁੰਦਾ ਹੈ, ਉਵੇਂ ਹੀ ਕੋਈ ਰਿਸ਼ਤਾ ਨਿਭਾਉਣ ਲਈ ਉਹਦਾ ਮਿਲ ਜਾਣਾ ਜ਼ਰੂਰੀ ਹੁੰਦਾ ਹੈ। ਸੋ ਰਜਿਸਟਰ ਕਰੋ ਜੀ ਸਾਨੂੰ ਸਾਡੀ ਵੈਬਸਾਈਟ NRIMB.com 'ਤੇ।